ਮੈਨੂੰ 15 ਮਿੰਟ ਪਹਿਲੇ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਤੇਰਾ ਦੋ ਚੱਕ ਕੇ ਲੈ ਜਾਂਗੇ, ਚੱਕ ਕੇ ਆਡੀਓ ਵੀ ਹੈ ਮੇਰੇ ਕੋਲ, ਮੈਂ ਉਹਨੂੰ ਪੁੱਛ ਰਿਹਾ ਕਿ ਲੈ ਜਾ ਨਜ਼ਾਇਜ਼ ਕਲੋਨੀਆਂ ਖੱਟਣ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਹੇ ਆ, 15 ਮਿੰਟ ਪਹਿਲੇ ਫੋਨ ਆਇਆ। ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰ ਰਿਹਾ ਕਿ ਐਡੀ ਨਹਿਰੀ ਦੇ ਵਿੱਚ, ਐਡੇ ਤੂਫਾਨ ਦੇ ਵਿੱਚ, ਐਡੇ ਤੂਫਾਨ ਦੇ ਵਿੱਚ ਅੱਜ ਲੋਕ ਨਰਿੰਦੇ ਕਰਨ ਜਾ ਰਹੇ ਆ। ਐਡਾ ਤੂਫਾਨ ਜਿੱਥੇ ਗੁੰਡੇ ਬਦਮਾਸ਼ ਅੱਜ ਕੁਰਖੇ ਜਿਹੜੇ ਲੋਕ ਅੱਜ ਕੋਈ ਬਠਿੰਡੇ, ਕੋਈ ਮੋਗੇ, ਕੋਈ ਲੁਧਿਆਣਾ, ਕੋਈ ਬਟਾਲੇ ਤੋਂ ਅੱਜ ਬਦਮਾਸ਼ਾਂ ਸਮੇਤ ਜਲੰਧਰ ਵੈਸਟ ਨੂੰ ਘੇਰਿਆ ਪਿਆ, ਤਾਂ ਵੀ ਮੇਰੇ ਲੋਕ ਨਹੀਂ ਘਬਰਾ ਰਹੇ। ਪਰ ਮੈਂ ਇਹੀ ਗੱਲ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਹਾਡੀ ਹਾਰ ਨਿਸ਼ਚਿਤ ਦਿਖ ਰਹੀ ਹੈ, ਪਰ ਮੇਰੇ ਲੋਕ ਬਕਾਊ ਨਹੀਂ ਹੈ। ਮੇਰੇ ਲੋਕ 200 ਰੁਪਏ ਦੇ ਰਾਸ਼ਨ ਦੇ ਵਿਕਣ ਵਾਲੇ ਨਹੀਂ ਹੈ, ਮੇਰੇ ਲੋਕ ਇੱਕ ਸੂਟ ਦੇ ਵਿਕਣ ਵਾਲੇ ਨਹੀਂ ਹੈ, ਮੇਰੇ ਲੋਕ ਇੱਕ ਸ਼ਰਾਬ ਦੀ ਬੋਤਲ ਦੇ ਵਿਕਣ ਵਾਲੇ ਨਹੀਂ ਹੈ। ਜਲੰਧਰ ਵੈਸਟ ਦੇ ਲੋਕਾਂ ਦਾ ਬਹੁਤ ਜਿਹੜੀ ਵੈਲਿਊ ਹੈ ਉਹ ਕਰੋੜਾਂ ਅਰਬਾਂ ਰੁਪਈਏ ਹੈ। ਅੱਜ ਬੜਾ ਮਨ ਦੁਖੀ ਹੈ ਕਿ ਜਿਸ ਟਾਈਮ ਕੱਲ ਰਾਤ ਦਾ ਮੈਂ ਤੁਹਾਡੇ ਸਾਹਮਣੇ ਹੈ, ਤੁਸੀਂ ਸਾਰੇ ਚੈਨਲਾਂ ਨੇ ਸਪੋਰਟ ਕੀਤੀ ਹੈ, ਸਾਰੇ ਚੈਨਲਾਂ ਨੇ ਸਪੋਰਟ ਕੀਤੀ ਹੈ। ਕੱਲ ਕਿੰਨੇ ਬੰਦੇ ਫੜਾਏ ਆ, ਕਿੰਨੇ ਰਾਸ਼ਨ ਫੜਾਇਆ, ਸਾਰਿਆਂ ਨੂੰ ਪੁਲਿਸ ਨੇ ਛੱਡ ਦਿੱਤਾ, ਸਾਰਿਆਂ ਨੂੰ ਸਰਕਾਰ ਮਦਦ ਕਰ ਰਹੀ ਹੈ। 5000 ਪੈਕਟ ਕੱਲ ਰਾਸ਼ਨ ਦਾ ਫੜਿਆ, 2500 ਕੱਲ ਸੂਟ ਫੜਿਆ, ਪਰ ਅੱਜ ਉਹਨਾਂ ਦੇ ਜਿਹੜੇ ਲੋਕ ਹੈ ਉਹ ਕਿਸ ਮੂੰਹ ਨਾਲ ਵੋਟ ਮੰਗ ਰਹੇ ਆ? ਸ਼ਰਮ ਚਾਹੀਦੀ ਹੈ। ਮੈਂ ਇਹੀ ਕਹਾਂਗਾ ਕਿ ਮੇਰੇ ਕੋਲ ਪੈਸੇ ਵੀ ਨਹੀਂ ਹੈ, ਮੇਰੇ ਕੋਲ ਸ਼ਰਾਬ ਵੀ ਨਹੀਂ ਸੀ, ਮੇਰੇ ਕੋਲ ਸੂਟ ਵੀ ਨਹੀਂ ਸੀ, ਮੇਰੇ ਕੋਲ ਮੇਰੇ ਪਰਿਵਾਰ ਦੇ ਲੋਕ ਜਲੰਧਰ ਵੈਸਟ ਦੇ ਉਹ ਹੈ ਜਿਨ੍ਹਾਂ ਕਰਕੇ ਅੱਜ ਮੈਂ ਇੱਥੇ ਖੜਾ। ਸ਼ਾਇਦ ਮੈਂ ਵੀ ਆਪਣੇ ਆਪ ਚ ਡਾਵਾਂ ਡੋਲ ਚ ਕਿਤੇ ਬੈਕਫੁੱਟ ਤੇ ਚਲਾ ਜਾਂਦਾ, ਕਿਉਂਕਿ ਮੈਨੂੰ ਡਰ ਬਹੁਤ ਅੱਜ ਮੈਨੂੰ ਧਮਕੀਆਂ ਆ ਰਹੀਆਂ, ਲੋਕ ਮਾਰਨ ਦੀ ਧਮਕੀਆਂ ਦੇ ਰਹੇ ਆ, ਮੇਰੇ ਫੋਨਾਂ ਤੇ ਫੋਨ ਕਰ ਰਹੇ ਆ। ਮੇਰਾ ਫੋਨ ਦਈਓ, ਫੋਨ ਇਹ ਦੇਖੋ ਕਿੱਦਾਂ ਦੇ ਹਾਲਾਤ ਬਣੇ ਆ। ਇਹ ਜਿਹੜਾ ਫੈਸਲਾ ਹੈ ਇਹ ਜਨਤਾ ਕਰੇਗੀ। ਮੈਨੂੰ 15 ਮਿੰਟ ਪਹਿਲੇ ਫੋਨ ਆ ਰਿਹਾ ਕਿਸੇ ਦਾ ਕਿ ਤੈਨੂੰ ਤੇਰਾ ਦੋ ਚੱਕ ਕੇ ਲੈ ਜਾਂਗੇ, ਚੱਕ ਕੇ ਆਡੀਓ ਵੀ ਹੈ ਮੇਰੇ ਕੋਲ, ਮੈਂ ਉਹਨੂੰ ਪੁੱਛ ਰਿਹਾ ਕਿ ਲੈ ਜਾ ਨਜ਼ਾਇਜ਼ ਕਲੋਨੀਆਂ ਖੱਟਣ ਵਾਲੇ ਲੋਕ ਮੈਨੂੰ ਧਮਕੀਆਂ ਦੇ ਰਹੇ ਆ। 15 ਮਿੰਟ ਪਹਿਲੇ ਫੋਨ ਆਇਆ, ਪਤਾ ਨੀ ਕੌਣ ਕਹਿੰਦਾ ਤੈਨੂੰ ਜ਼ਮੀਨ ਚ ਵਡਾਵਾਂਗੇ, ਤੈਨੂੰ ਗਾਲਾਂ ਕੱਢ ਰਿਹਾ। ਮੈਂ ਕਿਸ ਮੋੜ ਤੇ ਜੀਵਾਂ? ਅੱਜ ਮੇਰਾ ਪਰਿਵਾਰ ਖਤਰੇ ਦੇ ਵਿੱਚ ਹੈ। ਇਹ ਜਿਹੜੀ ਕੋਲ ਹੈ ਮੈਨੂੰ 11:05 ਤੇ ਆਈ ਹੈ, 97815 1432, 97815 1432, ਇਹ 8:05 11:05 ਤੇ ਹੁਣੇ 15 ਮਿੰਟ ਪਹਿਲੇ ਅੱਜ ਲੋਕਾਂ ਨੂੰ ਰਿਕਾਰਡਿੰਗ ਲੈਣੀ ਹੈ। ਅੱਜ ਲੋਕਤੰਤਰ ਦਾ ਮਤਦਾਨ ਦਾ ਦਿਨ ਹੈ, ਸਾਰੇ ਸੁੱਤੇ ਪਏ ਆ, ਸਾਰੇ ਅੱਜ ਸਰਕਾਰ ਦੀ ਕਠਪੁਤਲੀ ਬਣੇ ਆ। ਮੈਂ ਤੁਹਾਡੇ ਕੋਲ ਇਹੀ ਬੇਨਤੀ ਕਰਦਾ ਕਿ ਮੈਨੂੰ ਬਚਾ ਲਓ, ਸ਼ਾਇਦ ਮੇਰਾ ਪਰਿਵਾਰ ਮੇਰੇ ਹਾਲਾਤ ਬੜੇ ਬੁਰੇ ਆ, ਮੇਰਾ ਪਰਿਵਾਰ ਸੇਫ ਨਹੀਂ ਲੱਗਦਾ ਮੈਨੂੰ, ਮੇਰੇ ਕੋਲ ਸਿੱਧੇ ਸਿਰ ਮੇਰੇ ਲੋਕ ਹੈ, ਤੁਸੀਂ ਲੋਕ ਹੋ, ਬਾਕੀ ਮੇਰੇ ਹਾਲਾਤ ਬਹੁਤ ਬੁਰੇ ਆ। ਮੈਨੂੰ ਲੱਗਦਾ ਇਹ ਲੋਕ ਮੇਰਾ ਸ਼ਾਮ ਤੱਕ ਕਤਲ ਕਰ ਦੇਣਗੇ, ਜਿੱਦਾਂ ਧਮਕੀਆਂ ਆ ਰਹੀਆਂ ਇਹ ਲੋਕ ਮੇਰਾ ਸ਼ਾਮ ਤੱਕ ਮਰਡਰ ਕਰ ਦੇਣਗੇ।
ਇਹ ਤੁਹਾਡੇ ਸਾਹਮਣੇ ਹੈ ਠੀਕ ਕੌਣ ਕਿੱਥੇ ਗਈ ਪੁਲਿਸ ਕਿੱਥੇ ਗਏ ਲੋਕ ਮੈਨੂੰ 15 ਮਿੰਟ ਪਹਿਲਾਂ ਕਿਹਾ ਨਹੀਂ ਤੁਹਾਨੂੰ ਫੋਨ ਆ ਰਿਹਾ ਝੰਡੀ ਜਿਹਨੂੰ ਧਮਕੀਆਂ ਦੇ ਰਹੇ ਆ ਕਿ ਗੋਲੀਆਂ ਮਾਰ ਦਿਆਂਗੇ ਕਿੱਥੇ ਕਿੱਥੇ ਸਰਕਾਰ ਕੋਈ ਸੁਣਦਾ ਪਿਆ ਕੱਲ ਰਾਤ ਦੇ ਬੰਦੇ ਫੜਾਏ ਕਿੱਥੇ ਹੋ 5000 ਪੈਕਟ ਬਣਾਇਆ ਕਿੱਥੇ ਆ ਮੈਂ ਆਪਣੇ ਲੋਕਾਂ ਨੂੰ ਬੇਨਤੀ ਕਰਦਾ ਕਿ ਸੱਚ ਔਰ ਝੂਠ ਦੀ ਲੜਾਈ ਤੁਸੀਂ ਲੜਨੀ ਹੈ ਮੈਂ ਤੁਹਾਡੇ ਕਰਕੇ ਖੜਾ ਮੇਰੇ ਕੋਲ ਸਿਰਫ ਤੇ ਸਿਰਫ ਮੇਰਾ ਬੈਸਟ ਦਾ ਮੇਰਾ ਪਰਿਵਾਰ ਮੇਰਾ ਸਰਕਾਰ ਬਿਲਕੁਲ ਕਲੀਅਰ ਹੈ ਕਲੀਅਰ ਹੈ ਕਲੀਅਰ ਅੱਜ ਹਾਲਾਤ ਬਹੁਤ ਬੁਰੇ ਹੋ ਚੁੱਕੇ ਆ ਅੱਜ ਹਾਲਾਤ ਮੈਂ ਜ਼ਿੰਦਗੀ ਚ ਇੰਨੀ ਗੰਦੀ ਰਾਜਨੀਤੀ ਕਦੀ ਨੀ ਦੇਖੀ ਸੀ ਇੰਨੀ ਗੰਦੀ ਰਾਜਨੀਤੀ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਵੋਟ ਦੇਣ ਦੀ ਮੈਂ ਅੱਜ ਅਪੀਲ ਕਰਨੀ ਚਾਹੀਦੀ ਸੀ ਅੱਜ ਗੁੰਡੇ ਲੈ ਕੇ ਬਦਮਾਸ਼ ਲੈ ਕੇ ਲੋਕਾਂ ਨੂੰ ਡਰਾਉਣਾ ਨਹੀਂ ਚਾਹੀਦਾ ਸੀ ਅੱਜ ਜੇ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਕੈਂਡੀਡੇਟ ਸੇਫ ਨਹੀਂ ਹੈ ਇੱਕ ਐਕਸ MLA ਮੈਂ ਮੇਰੀ ਵੀ ਕੋਈ ਵੈਲਿਊ ਹੈ ਮੈਂ ਵੀ ਆਪਣੇ ਲੋਕਾਂ ਨੂੰ ਜਵਾਬ ਦੇਈ ਹੈ 2.5 ਲੱਖ ਵੋਟਰ ਹੈ 5.5 ਲੱਖ ਲੋਕ ਹੈ ਅੱਜ ਇਹ ਲੋਕ ਮੈਨੂੰ ਫੋਨ ਕਰਾ ਕੇ ਧਮਕੀਆਂ ਦੇ ਰਹੇ ਕਿ ਮੈਂ ਬੈਕਵਰਡ ਤੇ ਚਲਾ ਜਾਵਾਂ ਮੇਰੀ ਲਾਸ਼ ਜਾਏਗੀ ਪਰ ਮੈਂ ਬੈਕਵਰਡ ਤੇ ਜਾਊਂਗਾ ਮੈਂ ਆਪਣੇ ਲੋਕਾਂ ਨੂੰ ਇਹ ਅਪੀਲ ਕਰਨ ਜਾ ਰਿਹਾ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਇਹ ਇਨਸਾਫ ਦੀ ਲੜਾਈ ਹੈ ਜਿੰਨੂੰ ਮਰਜ਼ੀ ਵੋਟ ਦਿਓ ਪਰ ਵੋਟ 5 ਨੂੰ ਜਾਈਓ ਇਹ ਲੋਕਾਂ ਕੋਲ ਡਰੀਓ ਨਾ ਇਹਨਾਂ ਦੇ ਜਿਹੜੇ ਸੂਟ ਰਾਸ਼ਨ ਸ਼ਰਾਬ ਦੀ ਬੋਤਲ ਮੇਰੇ ਜਲੰਧਰ ਵੈਸਟ ਨੂੰ ਨਹੀਂ ਖਰੀਦ ਸਕਦੀ ਨਹੀਂ ਖਰੀਦ ਸਕਦੀ।